ਬਹੁ ਕਰੋੜੀ ਡਰੱਗ ਮਾਮਲੇ ਵਿੱਚ ਨਾਮਸਦ ਅਕਾਲੀਆ ਕੋ ਬਿਕਰਮ ਸਿੰਘ ਮਜੀਠੀ ਅੱਜ ਮੋਹਾਲੀ ਵਿਖੇ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੋਏ। ਉਹ ਸਵੇਰੇ 11 ਵਜੇ ਦੇ ਕਰੀਬ ਆਪਣੇ ਵਕੀਲਾਂ ਨਾਲ ਕ੍ਰਾਈਮ ਬ੍ਰਾਂਚ ਪੁੱਜੇ ਪਰ ਉਹਨਾਂ ਨੂੰ ਇਕੱਲੇ ਹੀ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਮਜੀਠੀ ਕੋਲੋਂ ਕੋਈ 2 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਅਤੇ ਉਹ ਦੁਪਹਿਰ 1:30 ਵਜੇ ਦੇ ਕਰੀਬ ਕ੍ਰਾਈਮ ਬ੍ਰਾਂਚ ਦੇ ਦਫ਼ਤਰ ਤੋਂ ਬਾਹਰ ਨਿਕਲੇ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀ ਨੇ ਕਿਹਾ ਕਿ ਉਹਨਾ ਡਰੱਗ ਮਾਮਲੇ ਵਿੱਚ ਜਾਂਚ ਟੀਮ ਦੇ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੈ। ਉਨਾ ਇਸ ਕਾਰਵਾਈ ਨੂੰ ਬਦਲਾਖੋਰੀ ਦੀ ਕਾਰਵਾਈ ਦੱਸਿਆ ਤੇ ਕਿਹਾ ਕਿ ਉਹ ਪਵਿੱਖ ਵਿੱਚ ਵੀ ਜਾਂਚ ਵਿੱਚ ਸਹਿਯੋਗ ਕਰਨ ਦਾ ਭਰੋਸਾ ਦਿਵਾਇਆ ਹੈ ਸਿਆਸੀ ਕਰਨ ਤੋਂ ਉੱਤੇ ਉੱਠ ਕੇ ਸਹੀ ਪੱਖ ਰੱਖਣਾ ਚਾਹੁੰਦੀ ਹੈ ਫਿਰ ਬੜਾ ਜ਼ਰੂਰੀ ਹੈ ਕਿ ਇਹ ਸਾਰੀ ਚੀਜ਼ਾਂ ਵਿਚਾਰ ਕੇ ਫਿਰ ਸਾਹਮਣੇ ਕੋਰਟ ਦੇ ਅੱਗੇ ਰੱਖਣ ਤੇ ਸੱਚ ਦੀ ਜਿੱਤ ਹੋਊਗੀ ਸੱਚ ਸਾਹਮਣੇ ਆਊਗਾ